Haleluya. ਪ੍ਰਭੂ ਨੇ ਇੱਕ ਗੀਤ ਦਿੱਤਾ ਮੈਨੂੰ ਜਿਹਦੇ ਬੋਲ ਸੀ, ਜਿੰਨਾ ਪਿਆਰ ਯਿਸੂ ਤੂੰ ਮੈਨੂੰ ਕੀਤਾ ਹੈ ਇੰਨਾ ਪਿਆਰ ਕਿਸੇ ਨੇ ਨਹੀਂ ਕਰਨਾ। ਜਿੰਨਾ ਪਿਆਰ ਯਿਸੂ ਤੂੰ ਮੈਨੂੰ ਕੀਤਾ ਹੈ ਇੰਨਾ ਪਿਆਰ ਕਿਸੇ ਮੈਨੂੰ ਨਹੀਂ ਕਰਨਾ। ਹੋ ਭਾਵੇਂ ਮਾਂ ਹੋਵੇ ਮੇਰੀ ਤੇ ਭਾਵੇਂ ਬਾਪ ਹੋਵੇ ਮੇਰਾ, ਇੰਨਾ ਪਿਆਰ ਕਿਸੇ ਮੈਨੂੰ ਨਹੀਂ ਕਰਨਾ। ਇਹ ਗੱਲ ਤੋਂ ਕਿਸੇ ਨੇ ਮੈਨੂੰ ਸਵਾਲ ਕਰਤਾ ਕਿ ਤੁਸੀਂ ਕਿਵੇਂ ਕਹਿਤਾ ਕਿ ਤੁਹਾਨੂੰ ਰੱਬ ਨੇ ਹੀ ਜ਼ਿਆਦਾ ਪਿਆਰ ਕੀਤਾ, ਮਾਂ ਬਾਪ ਨੇ ਪਿਆਰ ਨਹੀਂ ਕੀਤਾ। ਮੈਂ ਜ਼ਿਆਦਾ ਕੁਝ ਨਹੀਂ ਬੋਲਿਆ, ਮੈਂ ਇੱਕੋ ਸਵਾਲ ਦਾ ਜਵਾਬ ਦਿੱਤਾ ਕਿ ਹੋ ਸਕਦਾ ਮਾਂ ਬਾਪ ਇਨਸਾਨ ਦੀਆਂ ਕਮੀਆਂ ਵੇਖ ਕੇ ਪ੍ਰੇਮ ਘਟਾ ਲੈਣ ਜਾਂ ਨਾ ਕਰਨ, ਪਰ ਉਹ ਪਰਮੇਸ਼ਵਰ ਅਜਿਹਾ ਪਰਮੇਸ਼ਵਰ ਹੈ ਕਮੀਆਂ ਵੇਖ ਕੇ ਵੀ ਪਿਆਰ ਨਹੀਂ ਘਟਾਉਂਦਾ। ਅੱਜ ਵੀ ਜਿਹੜੇ ਉਹਨੂੰ ਨਹੀਂ ਜਾਣਦੇ, ਅੱਜ ਵੀ ਜਿਹੜੇ ਉਸ ਸੱਚੇ ਪਰਮੇਸ਼ਵਰ ਨੂੰ ਛੱਡ ਕੇ ਕਿਸੇ ਹੋਰ ਚੀਜ਼ ਨੂੰ ਪਰਮੇਸ਼ਵਰ ਦਾ ਦਰਜਾ ਦੇ ਰਹੇ ਨੇ, ਉਹ ਸੂਰਜ ਅੱਜ ਜਿਹੜਾ ਅਸੀਂ ਵੇਖਦੇ ਹਾਂ ਜਾਂ ਮਹਿਸੂਸ ਕਰਦੇ ਹਾਂ ਉਹ ਉਹਨਾਂ ਤੇ ਵੀ ਚੜ ਰਿਹਾ। ਉਹ ਆਪਣੇ ਫਜ਼ਲ ਦੀ ਬਰਸਾਤ, ਆਪਣਾ ਮੀਂਹ ਜਿਹੜੇ ਉਹਨੂੰ ਜਾਣਦੇ ਨੇ ਉਹਨਾਂ ਤੇ ਵੀ ਬਰਸਾਉਂਦਾ ਤੇ ਜਿਹੜੇ ਨਹੀਂ ਜਾਣਦੇ ਉਹਨਾਂ ਤੇ ਵੀ ਬਰਸ ਰਿਹਾ। ਹਾਲੇਲੂਇਆ। ਪਰਮੇਸ਼ਰ ਅਜਿਹਾ ਪਰਮੇਸ਼ਰ, ਬਾਈਬਲ ਦੱਸਦੀ ਮਾਂ ਬਾਪ ਛੱਡ ਸਕਦਾ ਏ ਪਰ ਪਰਮੇਸ਼ਰ ਕਹਿੰਦੇ ਮੈਂ ਨਹੀਂ ਛੱਡਣਾ। ਮਾਂ ਬਾਪ ਬੱਚੇ ਦੀਆਂ ਕਮੀਆਂ ਨੂੰ ਵੇਖ ਕੇ ਕਹਿੰਦੇ ਤੂੰ ਅੱਜ ਤੋਂ ਬੇਦਖਲ, ਪਰਮੇਸ਼ਵਰ ਕਮੀਆਂ ਵੇਖ ਕੇ ਵੀ ਕਹਿੰਦੇ ਆ ਮੈਂ ਤਿਆਰ ਆ, ਤੂੰ ਮਨ ਤੇ ਬਣਾ ਮੇਰੇ ਵੱਲ ਆਉਣ ਦਾ। ਐਸਾ ਹੀ ਪਰਮੇਸ਼ਵਰ, ਉਹੀ ਚੀਜ਼ ਬਿਆਨ ਹੋਈ। ਇਹ ਗੀਤ ਨਹੀਂ ਸੀ, ਇਹ ਟੈਸਟਾਮਨੀ। ਗੌਤਮ ਭਾਅ ਜੀ ਕਹਿੰਦੇ ਇਹ ਗੀਤ ਨਹੀਂ ਆ ਬ੍ਰਦਰ, ਇਹ ਟੈਸਟਾਮਨੀ ਆ ਸੱਚੀ। ਤੇ ਮੈਂ ਕਿਹਾ ਭਾਅ ਜੀ ਹੈ ਹੀ ਟੈਸਟਾਮਨੀ, ਇਹ ਮੇਰੇ ਜੀਵਨ ਦੀ ਗਵਾਹੀ ਹੈ, ਇਹ ਮੇਰੇ ਜੀਵਨ ਦੇ ਲਮਹੇ ਨੇ, ਇਹ ਮੇਰੇ ਜੀਵਨ 'ਚ ਪਰਮੇਸ਼ਵਰ ਦਾ ਪਿਆਰ ਹੈ ਜੋ ਮੇਰੇ ਮੁੱਖ ਤੋਂ ਬਿਆਨ ਹੋ ਗਿਆ, ਜੋ ਮੇਰੇ ਦਿਲ 'ਚ ਉਤਪੰਨ ਹੋਇਆ, ਸੱਚੀ ਉਹਨੇ ਕੀਤਾ ਸੀ ਮੇਰੇ ਨਾਲ। ਹੋ ਭਾਵੇਂ ਮਾਂ ਹੋਵੇ ਮੇਰੀ ਤੇ ਭਾਵੇਂ ਬਾਪ ਹੋਵੇ ਮੇਰਾ, ਇੰਨਾ ਪਿਆਰ ਕਿਸੇ ਮੈਨੂੰ ਨਹੀਂ ਕਰਨਾ। ਜਿੰਨਾ ਪਿਆਰ ਮੈਨੂੰ ਕੀਤਾ ਹੈ ਇਹਨਾ ਪਿਆਰ ਕਿਸੇ ਮੈਨੂੰ ਨਹੀਂ ਕਰਨਾ। ਹੋ ਤਪਦੇ ਨੂੰ ਤੂੰ ਮੈਨੂੰ ਹੱਥੀਂ ਛਾਵਾਂ ਕੀਤੀਆਂ, ਹੋ ਥੱਕਦੇ ਨੂੰ ਤੂੰ ਮੇਰੇ ਲਈ ਬਾਵਾਂ ਕੀਤੀਆਂ। ਜਦੋਂ ਇਨਸਾਨ ਦੇ ਘਰ 'ਚ ਇੱਕ ਚਾਹ ਜਿਹੜੀ 10 ਰੁਪਏ ਦੇ ਦੁੱਧ ਦੀ ਵੀ ਬਣ ਜਾਂਦੀ ਹੈ, ਉਹਦੇ ਵੀ ਪੈਸੇ ਨਹੀਂ ਨਾ ਹੁੰਦੇ ਤੇ ਇਨਸਾਨ ਟੁੱਟ ਜਾਂਦਾ, ਥੱਕ ਜਾਂਦਾ, ਪਰ ਪਰਮੇਸ਼ੁਰ ਅਜਿਹਾ ਸਮਰਥੀ ਉਹ ਉੱਤੋਂ ਵੀ ਉਤਪੰਨ ਕਰ ਦਿੰਦਾ ਜਿਹੜੇ ਉਹਦੇ 'ਤੇ ਈਮਾਨ ਕਰਦੇ ਨੇ। ਉਹਦੇ ਘਰ 'ਚ ਰਾਸ਼ਨ ਆ ਜਾਂਦਾ ਏ ਜਿਹੜੇ ਉਹਦੇ 'ਤੇ ਈਮਾਨ ਕਰਦੇ ਨੇ। ਇੱਕ ਸਮਾਂ ਸੀ ਸਾਡੇ ਘਰ ਐਵੇਂ ਦੇ ਹਾਲਾਤ, ਪਰਮੇਸ਼ਰ ਅਰੇਂਜ ਕਰ ਦਿੰਦੇ ਹੁੰਦੇ ਸੀ। ਫਿਰ ਵੀ ਜਦੋਂ ਮਾਂ ਬਾਪ ਵੀ ਕਹਿ ਦਿੰਦੇ ਹੁੰਦੇ ਕੰਮ ਕਰ, ਸੰਗਤੀਆਂ ਸੁੰਗਤੀਆਂ ਕਰਦਾ ਸਾਨੂੰ ਨਹੀਂ ਕੋਈ ਮਤਲਬ, ਕੰਮ ਕਰ ਅਸੀਂ ਨਹੀਂ ਕੁਛ ਕਰ ਸਕਦੇ, ਪਰ ਪਰਮੇਸ਼ਰ ਉਦੋਂ ਵੀ ਰੈਡੀ ਹੁੰਦਾ ਹੈ। ਕਹਿੰਦਾ ਇੱਕ ਵਾਰੀ ਮੇਰੇ ਕੋਲ ਆ ਤਾਂ ਸਹੀ, ਮੈਨੂੰ ਦੱਸ ਤਾਂ ਸਹੀ, ਮੈਨੂੰ ਬੋਲ ਤਾਂ ਸਹੀ, ਮੈਂ ਤਿਆਰ ਹਾਂ। ਤਪਦੇ ਨੂੰ ਤੂੰ ਮੈਨੂੰ ਹੱਥੀਂ ਛਾਵਾਂ ਕੀਤੀਆਂ, ਥੱਕਦੇ ਨੂੰ ਲਈ ਬਾਵਾਂ ਕੀਤੀਆਂ, ਥੱਕਦੇ ਨੂੰ ਤੂੰ ਮੇਰੇ ਲਈ ਬਾਵਾਂ ਕੀਤੀਆਂ,
थक दे नू तू मेरे लई बाकी जिन्ना दर्द तू मेरा जरिया है एना दर्द किसे जिन्ना प्यार इस तू मैनू कीता है एना प्यार किसे मैनू नहीं करना हो सदा बड़ी अग विच सड़ जाना तैसे तेरे ना यसू मेरा मर जाना तैसी तेरे बिना यसू मेरा मर जाना तैसी तेरे बिना यसू मेरा मर जाना तैसी जिन्ना कुछ तू मेरे लिए कीता है नो ऐना कुछ किसे होर ने नहीं करना बाइबल दस दी मनुख दे के सुना देगा कि लिया मैं तेनू दिता भरा वापस कर पर परमेश्वर ना ते दे के सुनाउंदा ते ना मंगदा ओ देंदा ही रहिंदा है दे ही जावेगा ऐसा ही परमेश्वर हो पावे मां होवे पावे बाप होवे मेरे ऐना प्यार मैनू नहीं करना जिन्ना प्यार इस तू मैनू कीता है एना प्यार किसे मैनू नहीं करना एना प्यार किसे मैनू नहीं करना हालेलुया हालेलुया